ਕੈਨੇਡਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਅਤੇ ਇਹ ਅਪਡੇਟ ਇਸ ਦੇ ਬਾਰੇ ਵਿੱਚ ਹੈ ਕਿ 2021 ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਲਈ ਕਿੰਨੇ ਫੰਡਸ ਸ਼ੋ ਕਰਨੇ ਪੈਣਗੇ ਅਤੇ ਇਹ ਤਬਦੀਲੀਆਂ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਦੇ ਉੱਪਰ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਅਧੀਨ ਲਾਗੂ ਹੁੰਦੀਆਂ ਹਨ ਅਤੇ ਇਹ ਤਬਦੀਲੀਆਂ ਕੈਂਡੀਡੇਟਸ ਦੇ ਉੱਪਰ ਲਾਗੂ ਨਹੀਂ ਹੁੰਦੀਆਂ ਜਿਨ੍ਹਾਂ ਦੇ ਕੋਲ ਵੈਲਿਡ ਜੌਬ ਆਫਰ ਹੈ ਅਤੇ ਹੁਣ ਜੋ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮਤਾਬਕ ਇੱਕ ਫੈਮਿਲੀ ਮੈਂਬਰ ਨੂੰ 13213 ਕੈਨੇਡੀਅਨ ਡਾਲਰ ਦੇ ਫੰਡ ਸ਼ੋਅ ਕਰਨਾ ਪਵੇਗਾ ਅਤੇ ਦੋ ਪਰਿਵਾਰਕ ਮੈਂਬਰਾਂ ਦੇ ਲਈ 16449 ਕੈਨੇਡੀਅਨ ਡਾਲਰ ਤਿੰਨ ਫੈਮਿਲੀ ਮੈਂਬਰਾਂ ਦੇ ਲਈ 20222 ਕੈਨੇਡੀਅਨ ਡਾਲਰ ਚਾਰ ਮੈਂਬਰਸ ਦੇ ਲਈ 24553 ਕੈਨੇਡੀਅਨ ਡਾਲਰ ਪੰਜ ਫੈਮਿਲੀ ਮੈਂਬਰਸ ਦੇ ਲਈ 27847 ਕੈਨੇਡੀਅਨ ਡਾਲਰ ਛੇ ਫੈਮਿਲੀ ਮੈਂਬਰਸ ਦੇ ਲਈ 31407 ਕੈਨੇਡੀਅਨ ਡਾਲਰ ਦੇ ਫੰਡਸ ਹੈ ਸੱਤ ਫੈਮਿਲੀ ਮੈਂਬਰਸ ਦੇ ਲਈ 34900 60 ਕੈਨੇਡੀਅਨ ਡਾਲਰਸ ਅਤੇ ਈਚ ਐਡੀਸ਼ਨਲ ਫੈਮਿਲੀ ਮੈਂਬਰ ਦੇ ਲਈ 3560 ਕੈਨੇਡੀਅਨ ਡਾਲਰ ਦੇ ਫੰਡ ਸ਼ੋਅ ਕਰਨੇ ਪੈਣਗੇ ਜੇਕਰ ਤੁਹਾਡੇ ਪ੍ਰੂਫ ਆਫ ਫੰਡਸ ਦੇ ਵਿੱਚ ਇਸ ਤੋਂ ਘੱਟ ਅਮਾਊਂਟ ਸ਼ੋਅ ਕੀਤੀ ਗਈ ਹੈ ਤਾਂ ਤੁਹਾਨੂੰ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਪਡੇਟ ਕਰਨੀ ਪਵੇਗੀ ਅਤੇ ਜਦੋਂ ਤੁਸੀਂ ਆਪਣੀ ਪ੍ਰੋਫਾਈਲ ਨੂੰ ਅਪਡੇਟ ਕਰੋਗੇ ਤਾਂ ਇਸ ਦੇ ਨਾਲ ਉਸ ਸਮੇਂ ਅਤੇ ਤਰੀਕ ਦੇ ਵਿੱਚ ਚੇਂजेस ਨਹੀਂ ਆਉਣਗੀਆਂ ਜਦੋਂ ਪ੍ਰੋਫਾਈਲ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਿਸੀਵ ਕੀਤੀ ਗਈ ਹੈ ਅਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਹਾਨੂੰ ਕੈਨੇਡਾ ਸਰਕਾਰ ਜਾਂ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ਨੂੰ ਚੈੱਕ ਕਰਨਾ ਚਾਹੀਦਾ ਹੈ ਅਤੇ ਇਸ ਦਾ ਇੱਕ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਵੇਗਾ ਅਤੇ ਕਮੈਂਟਸ ਦੇ ਵਿੱਚ ਵੀ ਪਿੰਨ ਕੀਤਾ ਹੋਇਆ ਮਿਲ ਜਾਵੇਗਾ ਇਸ ਨਵੇਂ ਅਪਡੇਟ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਲਈ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਸਾਲ 2021 ਦੇ ਦੌਰਾਨ ਪਹਿਲਾ ਐਕਸਪ੍ਰੈਸ ਐਂਟਰੀ ਡਰਾ ਜਲਦੀ ਹੀ ਕੱਢਿਆ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਸਾਲ 2021 ਦੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਸਿਰਫ ਹਾਲੇ ਤੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਅਤੇ ਪੀਆਰਪੀ ਕੈਂਡੀਡੇਟਸ ਲਈ ਐਕਸਪ੍ਰੈਸ ਐਂਟਰੀ ਡਰਾਸ ਕੱਢੇ ਜਾ ਰਹੇ ਹਨ ਅਤੇ ਇੱਥੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਕੈਨੇਡਾ ਦੇ ਇਸਦੇ ਬਾਰੇ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਅਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਹਾਨੂੰ ਕੈਨੇਡਾ ਸਰਕਾਰ ਦੀ ਵੈਬਸਾਈਟ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਜਾਂ ਕਮੈਂਟ ਦੇ ਵਿੱਚ ਪਿੰਨ ਕੀਤਾ ਹੋਇਆ ਮਿਲ ਜਾਵੇਗਾ ਬ੍ਰਦਰਪੋਰਟ ਖਬਰ ਪੰਜਾਬੀ